الرحمن الرحيم ناد عليا مظهر العجائب تجده عون اللقاء في النوائب كل هم من وغم سيا جلي بعلي 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 يا مولاتي يا سيدتي اغيثني يا رب الحسين بحق الحسين اشف صدر الحسين بظهور الحجة القائم على محمد بانیان اشرا عزاداران امام محبان اہل بیت اس خلوص و اقدت نال تسی شامل ہو سادات و زام اہتمام فرما رہے ہیں تمام تر مسئی جمیلہ دی قبولیت بانی اشرا دے تکمیل مقاصد و وسعت رزق دی خاطر صلوات پڑھو دام در میں قدم سخ میں دور نزدیک ہوں جتنے حاضرین شامل ذکر ہو تاری دعاون دی استجابت دی خاطر اور بالخصوص سیکورٹی دے نوجوان جتھے جتھے کھلو کے تواڈے واسطے تحفظ فراہم کر رہے ہیں فرنٹ لائن تے اپنی جان تلی تے رکھ کے تواڈے واسطے سکون فراہم کر رہے ہیں انہاں نوں شامل فرماؤ انہاں دی صحت و سلامتی اور وسعت رزق دی خاطر بھی سلوات آرمی دے جتنے نوجوان آپریشن ضرب عز بچ نے انہوں کی کامیابی کی خاطر حزب اللہ اور سید حسن نصر اللہ کی فتح مبین کی خاطر ایک سلوات بولو اول آخر مومنین مومنات سنی شیعہ بھائی مل کے واجباً ایک سلوات امام زمانہ دی آمد و سلام اعوذ باللہ من الشیطان الرجیم بسم اللہ الحمدللہ الذی نور قلوبنا بمصائب الحسین صلوات اما بعد فقد قال الله تعالى في كتابه المجيد بسم الله الرحمن الرحيم إن الدين عند الله الإسلام صلوات حاضرین مجلس شرف علاقہ میرے بزرگان واجب الاحترام میرے سنی شیعہ صاحبان اللہ نے انسان دے جسم نوں چار چیزاں تو خلق فرمایا اگ ہوا مٹی پانی ایہدا مطلب ہے پہلے جسم انسان چار عنصر وچ وہ ملے تو پھر انسان دا جسم بن جائے اے ممبر ٹیبل میز پہلے میز نہیں درخت کٹن والے اس نے مہارت نال کٹیا جوڑن والے اس انداز نال جوڑیا کہ ٹیبل دی شکل بن گئی سپیکر ساؤنڈ پہلے سپیکر نہیں الیکٹرانک پرزے چ الیکٹریشن نے اپنی ذہانت نال اس طرح اس نے جوڑیا کہ ساؤنڈ سپیکر دی شکل چ آ گئی تو یہ مطلب ہے جی چیز بنتی ہے کوئی چیزاں ملدی نہیں تو نو چیز کا وجود میرا موضوع ہے دین اسلام
ਇਹ ਦੀਨ ਇਸਲਾਮ ਅੱਲਾਹ ਦਾ ਪਸੰਦੀਦਾ ਦੀਨ ਹੈ। ਕਿਤਨੀਆਂ ਚੀਜ਼ਾਂ ਨੂੰ ਮਿਲਾ ਕੇ ਦੀਨ ਬਣਾਇਆ ਹੈ, ਬਹੁਤ ਮਿਹਰਬਾਨੀ ਜੀ। ਤੋ ਹਾਲੀਆ ਨੇ ਡੋਕਸ਼ਾਨੀ ਇਲਾਕੇ ਦੇ ਸ਼ਰਫਾ ਬਿਲਖਸੂਸ ਮੇਰੇ ਲਈ ਸੁਨਤ ਭਾਈ ਜ਼ਿਆਦਾ ਤਵੱਜੋ ਕਰਨਾ, ਦੋ ਤਾਕਤਾਂ ਨੂੰ ਰਹਿਮਾਨ ਮਿਲਾਇਆ ਹੈ ਤੋ ਦੀਨ ਬਣਿਆ। ਇੱਕ ਤਾਕਤ ਦਾ ਨਾਮ ਸ਼ਰੀਅਤ ਹੈ, ਇੱਕ ਤਾਕਤ ਦਾ ਨਾਮ ਇਸ਼ਕ। ਇਸ਼ਕ ਮਜਾਜ਼ੀ ਨਹੀਂ, ਇਸ਼ਕ ਹਕੀਕੀ। ਸ਼ਰੀਅਤ ਔਰ ਇਸ਼ਕ ਮਿਲੇ ਤੋ ਦੀਨ ਬਣਿਆ, ਫਿਰ ਦੀਨ ਚੋਂ ਨਿਕਲੇ ਅਸੂਲ ਦੀਨ ਫਰੂਏ ਦੀਨ। ਸ਼ਰੀਅਤ ਵੀ ਦੀਨ ਹੈ, ਇਸ਼ਕ ਵੀ ਦੀਨ ਹੈ। ਜਿਸ ਕੁਰਾਨ ਪਾਕ ਵਿੱਚ ਸ਼ਰੀਅਤ ਹੈ ਉਸੇ ਕੁਰਾਨ ਪਾਕ ਵਿੱਚ ਆਕਾਮ ਇਸ਼ਕ ਵੀ ਹੈ, ਲੇਕਿਨ ਸ਼ਰੀਅਤ ਹੋ ਰਹੇ ਇਸ਼ਕ ਹੋ ਰਹੇ, ਅੱਗ ਹਵਾ ਹੋ ਰਹੇ, ਮਿੱਟੀ ਪਾਣੀ ਹੋ ਰਹੇ, ਮਿਲੇ ਨੇ ਤੋ ਇਨਸਾਨ ਦਾ ਜਿਸਮ ਬਣਿਆ। ਬੇਅਨ ਹੀ ਸ਼ਰੀਅਤ ਹੋ ਰਹੇ, ਇਸ਼ਕ ਹੋ ਰਹੇ, ਮਿਲੇ ਨੇ ਤੋ ਦੀਨ ਬਣੇ। ਸ਼ਰੀਅਤ ਵੀ ਦੀਨ, ਇਸ਼ਕ ਵੀ ਦੀਨ। ਸ਼ਰੀਅਤ ਵੀ ਦੀਨ ਇਸਲਾਮ ਦਾ ਹਿੱਸਾ, ਇਸ਼ਕ ਵੀ ਦੀਨ ਇਸਲਾਮ ਦਾ ਹਿੱਸਾ। ਫਰਕ ਇਹ ਕਲਾਸਾਂ ਜੁਦਾ ਨੇ। ਸ਼ਰੀਅਤ ਦੀਨ ਇਸਲਾਮ ਦੀ ਕੱਚੀ ਪ੍ਰਾਇਮਰੀ ਹੈ, ਇਸ਼ਕ ਦੀਨ ਇਸਲਾਮ ਦੀ PhD। ਸਦਕੇ ਆਵਾਜ਼, ਸ਼ਰੀਅਤ ਸੌਖੀ, ਇਸ਼ਕ ਔਖਾ। ਕੀ ਦਲੀਲ ਹੈ ਜੀ? ਦੀਨ ਸ਼ਰੀਅਤ ਸੌਖੀ, ਇਸ਼ਕ ਔਖਾ ਹੈ। ਇੱਕੋ ਹੀ ਦਲੀਲ ਮੇਰੇ ਸਾਹਮਣੇ, ਇਹਨੂੰ ਮੁਤਮਿਨ ਕਰ ਦੇਣੀ ਚਾਹੀਦੀ ਹੈ। ਸ਼ਰੀਅਤ ਸੌਖੀ ਕਿਉਂ ਹੈ, ਇਸ਼ਕ ਔਖਾ ਕਿਉਂ ਹੈ? ਅਹਾਲੀਆ ਨੇ ਢੋਕਸ਼ਾਣੀ ਸ਼ਰਫਾ ਇਲਾਕਾ ਪੂਰੀ ਤਵੱਜੋ। ਸ਼ਰੀਅਤ ਸੌਖੀ ਇਸ ਵਾਸਤੇ, ਸ਼ਰੀਅਤ ਵਾਲੇ ਅੱਲਾਹ ਕੋਲੋਂ ਮੰਗਦੇ ਨੇ, ਇਸ਼ਕ ਔਖਾ ਹੈ, ਇਸ਼ਕ ਵਾਲੇ ਮੰਗਦੇ ਨਹੀਂ ਦਿੰਦੇ। ਸ਼ਰੀਅਤ ਵਿੱਚ ਮੰਗਿਆ ਜਾਂਦਾ ਹੈ ਘਰ ਦੇ ਦੁਆ ਮੰਗਣ ਦਾ ਨਾਂ, ਜ਼ਰ ਦੇ ਪੁੱਤਰ ਦੇ। ਸ਼ਰੀਅਤ ਵਾਲੇ ਮੰਗਦੇ ਨੇ ਘਰ ਦੇ ਜ਼ਰ ਦੇ ਪੁੱਤਰ ਦੇ, ਇਸ਼ਕ ਵਾਲੇ ਮੰਗਦੇ ਨੇ ਇਸ਼ਕ ਵਾਲੇ ਮੈਦਾਨ ਵਿੱਚ ਖਲੋ ਕੇ ਆਉਂਦੇ ਨੇ, ਘਰ ਲੈ, ਜ਼ਰ ਲੈ, ਪੁੱਤਰ ਲੈ, ਮੁਹੱਬਤ ਲੈ। ਨੇਚਰ ਇਨਸਾਨ ਦੀ, ਲੈਣ ਸੌਖਾ, ਦੇਣ ਔਖਾ। ਸ਼ਰੀਅਤ ਸੌਖੀ, ਇਸ਼ਕ ਔਖਾ। ਸ਼ਰੀਅਤ ਮੰਗਣ ਦਾ ਨਾਂ ਹੈ, ਇਸ਼ਕ ਦੇਣ ਦਾ ਨਾਂ ਹੈ। ਸ਼ਰੀਅਤ ਵੀ ਦੀਨ ਹੈ, ਇਸ਼ਕ ਵੀ ਦੀਨ। ਮੈਂ ਹਦੀਸ ਕੁਰਸੀ ਦਾ ਇੱਕ ਜੁਮਲਾ ਪੜ੍ਹਿਆ ਕਿ ਵਾਦ ਉਲਾ ਸ਼ਰੀਕ ਅੱਲਾ ਜੱਲਾ ਜਲਾਲਹੁ ਫਰਮੈਂਦੇ ਨੇ, ਮੈਂ ਮੇਰਾ ਬੰਦਾ, ਮੈਂ ਅੱਲਾਹ ਤੇਰੇ ਨਾਲ ਤੇਰੀਆਂ 70 ਸਕੀਆਂ ਮਾਵਾਂ ਤੋਂ ਜ਼ਿਆਦਾ ਪਿਆਰ ਕਰਦਾ। ਯਾਨੀ 70 ਮਾਵਾਂ ਦਾ ਪਿਆਰ ਮਿਲਾ ਪੁੱਤਰ ਨਾਲ, ਥੋੜ੍ਹਾ ਰਹਿਮਾਨ ਦਾ ਪਿਆਰ ਇਨਸਾਨ ਨਾਲ। ਮੇਰਾ ਅੱਲਾ ਕੀ ਦਲੀਲ ਹੈ ਤੂੰ 70 ਮਾਵਾਂ ਤੋਂ ਜ਼ਿਆਦਾ ਪਿਆਰ ਕਰਨਾ? ਫਰਮਾਇਆ ਮੇਰਾ ਬੰਦਾ, ਵੇਖ ਮੇਰੇ ਪਿਆਰ ਦੀ ਇੰਤਹਾ। ਦੀਨ ਦੋ ਹਿੱਸੇ ਨੇ, ਇੱਕ ਸ਼ਰੀਅਤ ਇਸ਼ਕੀ ਤੇ ਇੱਕ ਇਸ਼ਕੇ। ਸ਼ਰੀਅਤ ਸੌਖੀ ਹੈ, ਇਸ਼ਕ ਔਖਾ ਹੈ। ਮੇਰਾ ਪਿਆਰ ਹੈ ਨਾ, ਜਿਹੜੀ ਸੌਖੀ ਆਈ ਉਹ ਮੈਂ ਲਾਜ਼ਮ ਕੀਤੀ ਹੈ, ਇਸ਼ਕ ਔਖਾ ਹੀ ਮੈਂ ਇਖਤਿਆਰੀ ਕਰ ਦਿੱਤਾ। ਸ਼ਰੀਅਤ ਮੰਗਣ ਦਾ ਨਾਂ ਹੈ, ਮੈਂ ਕਿਹਾ ਮੰਗ ਮੇਰੇ ਕੋਲੋਂ ਲਾਜ਼ਮੀ। ਇਸ਼ਕ ਔਖਾ ਹੈ, ਫਰਮਾਇਆ ਇਖਤਿਆਰੀ ਆ, ਲਾਇਕਰਾ ਹਫਿਜ਼ ਦੀਨ, ਦੀਨੀ ਜਬਰ ਕੋਈ ਨਹੀਂ। ਹਿੰਮਤ ਹੈ ਹੀ ਤੇ ਮੰਜ਼ਲ ਇਸ਼ਕੀ ਚਾਵੇਂ, ਨਹੀਂ ਤੇ ਮੰਗਦਾ ਮੰਗਦਾ ਜੰਨਤ ਟੁਰ ਜਾਣਾ। ਮੰਗਣ ਦਾ ਨਾਂ ਹੈ ਨਾ ਜੀ ਸ਼ਰੀਅਤ। ਔਰ ਸ਼ਰੀਅਤ ਦੀ ਸਭ ਤੋਂ ਅਹਿਮ ਨਮਾਜ਼ ਹੈ, ਉਹ ਨਮਾਜ਼ ਵੀ ਉਸ ਵਕਤ ਤੱਕ ਕਬੂਲ ਨਹੀਂ ਜਿਸ ਨਮਾਜ਼ ਵਿੱਚ ਦੁਆ ਨਾ ਹੋਵੇ। ਮੁਖਲ ਇਬਾਦਾ, ਦੁਆ ਇਬਾਦਤ ਦਾ ਮਗਜ਼ ਹੈ। ਜਿਸ ਇਬਾਦਤ ਵਿੱਚ ਦੁਆ ਨਹੀਂ, ਮੰਗਣ ਨਹੀਂ, ਉਹ ਇਬਾਦਤ ਕਬੂਲ ਹੀ ਨਹੀਂ। ਸ਼ਰੀਅਤ ਵਿੱਚ ਮੰਗਣਾ ਬਹੁਤ ਜ਼ਰੂਰੀ ਹੈ ਜੀ, ਮੇਰੇ ਕੋਲ ਮੰਗ। ਬਲਕਿ ਇੱਥੋਂ ਤੱਕ ਕਿ ਫਰਮਾਨ ਕਿ ਬੰਦਾ ਸਜਦੇ ਤੇ ਸਜਦੇ ਕਰਦਾ, ਰਕੂ ਸਜੂਦ ਤਸਬੀਹ ਤਹਿਲੀਲ, ਨਮਾਜ਼ਾਂ ਤੇ ਨਮਾਜ਼ਾਂ, ਮੰਗਦਾ ਕੁਝ ਨਹੀਂ। ਆਵਾਜ਼ ਕੁਦਰਤਾਂ ਦੀ ਫਰਿਸ਼ਤੋ ਦੇ ਸਜਦੇ ਚਾ ਕੇ ਦੇ ਮੂੰਹ ਤੇ ਮਾਰੋ, ਲਾਇਕ ਇਬਾਦਤ ਆ, ਮੁਹਤਾਜ ਇਬਾਦਤ ਨਹੀਂ। ਏਡਾ ਵੱਡਾ ਰਾਣੀ ਖਾਨ ਹੋ ਗਿਆ, ਮੇਰੇ ਕੋਲ ਮੰਗਦਾ ਹੀ ਕੁਝ ਨਹੀਂ ਪਿਆ। ਮੈਨੂੰ ਇਬਾਦਤ ਨਹੀਂ ਚਾਹੀਦੀ ਜਿਸ ਵਿੱਚ ਮੰਗਣ ਨਹੀਂ। ਫਰਮਾਇਆ ਮੇਰਾ ਬੰਦਾ, ਦੀਨ ਦੋ ਹਿੱਸੇ ਨੇ, ਇੱਕ ਸ਼ਰੀਅਤ ਇੱਕ ਇਸ਼ਕ। ਸ਼ਰੀਅਤ ਸੌਖੀ ਹੈ, ਮੈਂ ਲਾਜ਼ਮੀ ਕੀਤੀ, ਇਸ਼ਕ ਔਖਾ ਹੈ, ਮੈਂ ਤਿਆਰੀ ਕਰ ਦਿੱਤੀ। ਦੋ ਕਿਸਮ ਦੀਆਂ ਕਿਤਾਬਾਂ ਨੇ ਨਾ ਜੀ ਕਾਲਜ ਵਿੱਚ, ਕੁਝ ਲਾਜ਼ਮੀ ਕੁਝ ਇਖਤਿਆਰੀ। ਲਾਜ਼ਮੀ ਸਬਜੈਕਟ ਰੱਖਣੇ ਹੀ ਰੱਖਣੇ ਨੇ, ਚਾਹੇ ਸੁਣਨੀ ਹੈ ਸਟੂਡੈਂਟ, ਚਾਹੇ ਸ਼ੀਆ, ਚਾਹੇ ਡੋਕ ਦਾ, ਚਾਹੇ ਲਾਹੌਰ ਦਾ, ਚਾਹੇ ਲੈ ਕੇ ਚਾਹੇ ਨਾ ਲੈ ਕੇ, ਲਾਜ਼ਮੀ ਬੁੱਕਸ ਰੱਖਣੀ ਹੀ ਰੱਖਣੀ ਨੇ। ਇਖਤਿਆਰੀਆਂ 'ਚ ਗੁੰਜਾਇਸ਼, ਸਲਾਹ ਕਰ ਲੈ, ਮਸ਼ਵਰਾ ਕਰ ਲੈ, ਆਪਣਾ ਮਾਇੰਡ ਲੈਵਲ ਵੇਖ ਲੈ, ਫੀਚਰ ਵੇਖ ਲੈ, ਸਾਇੰਸ ਰੱਖਣੀ ਹੈ ਜਾਂ ਆਰਟਸ ਰੱਖਣੀ ਹੈ। ਬੇਅਨ ਹੀ ਸ਼ਰੀਅਤ
سوکھی لازمی، فرمایا اے لازمی رکھنے بھائی سبجیکٹ، عشق اوکھا اختیاری، مالک جیڑا اوکھا اختیاری کیوں کیتے؟ فرمایا میرا بندہ اس واسطے اختیاری کیتا ہے، ہمت ہے ہی تے کلاس عشق دا سٹوڈنٹ بنی، جس لئے اس کلاس ہی داخل ہوئی ہے نا، پھر میں اے نہیں سننا اے میرا چھ مہینے دیتے ہیں میرا جوانی کیا چاہتا ہے، پھر میرا بندہ اس سے چو واپسی نہیں ہے، تران مار لائے اپنی ہمت ویکھ لائے بس ویکھ لائے، شریعت ہی چڑیا رو نا پولا پولا جنت ہو جائے، اتھے بھی میں جنت دے دیں گا۔ تو دو حصے دین، ایک شریعت ایک عشق۔ تھوڑی خاموشی دل سی تو اسے مطمئن نہیں ہوئے، میں دلائل دینا جی، پھر جڑا وقت باقی بچ چکا کل پھر اس کو شروع کر لیں جی۔ میں جناب میرے سنی شیعہ بھائی بالخصوص اہل سنت بھائی بھائی زیادہ توجہ، میں قرآن کریم وچوں ترے دلیلاں دینا، ترے کم ایسے نے شریعت دیے نہ کر عشق ادا کر لے، آئے ہائے بھائی توجہ کرنا، کم ایک ہی ہے شریعت کو لو پوچھے قرآن وچوں سکھے من ہے بالکل نہ کرے، وہی کم عشق کو لو پوچھے وہ بھی قرآن ہے وہ سکھے کر لے خیری، ایک کام ہے قرآن وچ جائز بھی ہے ناجائز بھی ہے، پھر تین کلاس بنانی پڑے گی، ہے وہ بھی دین ہے وہ بھی دین، کلاسا جدا ہے، پرائمری بھی اسے سکول وچ ہے، میٹرک بھی اسے سکول وچ ہے، سلیبس جدا ہے، یہ نہیں تو آ سکتا سکول باہر ہو گیا، ہے دین ہی لیکن کلاسا نے اپنے اپنے سبجیکٹ نے اپنے اپنے سلیبس نے۔ مثال کے طور پہ جناب ڈھوک شانی دوپہر دا ویلا ہے، تندور چ روٹیاں پیاں لگدیاں نے، میں چلا گیا بھامبڑ پہ بلدے نے اوئے ہوئے 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 اگ پہ تپ دیے، میں ویکھیا اگ تندور چ، شریعت کو پوچھا وچ چھال مارا، شریعت تک ہے تو انا ہے، ہائے ہائے میں صدقے مولا بھائی، ہن میں مطمئن ہاں جی، تندور دے کنارے تے میرے اہل سنت بھائی ینگ جنریشن پڑھے لکھے صاحبان، مجلس دا تعلق مسلمان دے مذہب نال نہیں مسلمان دے شعور نال، میں ایک موضوع لے کے چل رہا ہوں، میں کوشش کیتی میں عقیدہ ٹھوس نہیں دیا جناب تے، فکر پیدا کر رہا ہوں میں، کسی نے قبول ہوئے تو سو بسم اللہ، نہیں تے لا اکراہ فی الدین، جی دین ہی جبر نہیں ہوندی مجلس ہی کیڑا جبر، بات اچھی لگدی قبول کرو نہیں تے چھوڑ جاؤ۔ تندور دے کنارے تے میں کھلو کے پوچھے چھال مارا، شریعت آخیا خبردار چھال مارے، اگ دس دی ہے میں کہ دس دی، عقل ٹھیک ہی میں کہ ٹھیک ہے، تو پھر آخیا اکھاں نال تے اگ دی چھال نہیں نہ ماری، میں کہ تو پھر کی ہوئے گا جی چھال مار بھی لاتے، ہو سکا پھر اے ہوئے گا جناب اور سڑ کے مر جان گے، تو پھر جناب دی موت خودکشی دی موت حرام نہیں ہے، پڑھنا میں یار جی نہیں بول دے میں آیت پڑھنا، بسم اللہ الرحمن الرحیم، لا تلحقوا بعیدیکم الا التہلکہ، میری پنجابی ذاتی زبان وچ اس آیت دا ترجمہ بندا ہے، اکھی ویکھ کے کھواں وچ چھال اپنے آپ کو ہلاکت میں نہ پھینکو، لا تلحقوا بعیدیکم الا التہلکہ، اکھی ویکھ کے اگ وچ چھال نہیں ماری، میں جناب اگ دے بھامبڑ بلدے ویکھے نے، شریعت کو پوچھے چھال مارا، شریعت آخیا نہ ماری، جے چلا گیوں مر جائے گا خودکشی دی موت حرام، جس بندے نو سمجھ آوے میرے نال بولے نہیں بولو گے شادہ دل دکھ جائے گا، شریعت آ دیے اگ وی چھال نہ مار، عشق آ دے چھے نمرود ہی چھال مار، جو ہوئی ویکھی جائے گی، بولو یار تیرے جے تیری سمجھ آئیے او چاہت بولن ہے دری، میں دلیل نال گل کر رہا ہوں، میں اپنا بات ٹھونس نہیں رہا جناب، شریعت دی اگے چھال نہ مار، عشق دے مار دے جو ہوئی ویکھی جائے گی، بے خطر کود پڑا آتش نمرود میں عشق، عقل ہے محو تماشہ لب بام، جیڑی اگ چ نہیں جان دین دی وہ شریعت ہے، جیڑی چھال مروا رہے وہ عشق ہے، جیڑی روک دی وہ بھی دین ہے، ہوں تو بولو جیڑا چھال مروا رہے وہ بھی دین ہے، کلاساں تے بنانیاں پین گی،
जिस विच अग भी जाना नाजायज है वह भी दीन वह शरीयत है, जिस विच अग जाना जायज है वह भी दीन है वह इश्क। क्लासा जुदा होगी, दीन तो बाहर नहीं होया। मैं इस वास्ते बुनियादी तौर पर जुमले पिया ना लाए हम तो माई दा लाल फतवा इब्राहिम बेदीन हो गए नहीं जी अग विच क्यों गए नहीं, है दीन क्लास हो रहे। कुत्ते दी जुरत है फिरौन दी बगैर मर्जी नबी दे उसनू अग विच सट दे, जिदे अंदर शैतान की पावर है वह वड्डा ही है जिदे अंदर रहमान की पावर है। मर्जी नाल गए ने सरकार जी अखी वेख के गए ने। मैं किताब दस देना जनाब, इस दुनिया की सब तो पहली मिंजनीक जी बनी जनाब इब्राहिम वास्ते बनाई गई 9 मील दे रही है। अलामा फखरुद्दीन राजी तफसीर कबीर च लिखे चिखा जलाई गई अग लकड़ियां कट्ठिया की 9 मील दे रही है अग लग जल्ले अग बल पी बम बड़ो आसमान नाल शोले बात कर रहे हैं। इस पासे का परिंदा उस पासे नहीं गुजर सकता, बंदे आबादियां छोड़ के नस गए शेख साढ़िया ला रहे। उन्हें आख्या सट्टो भाई इब्राहिम, उन्हें आख्या सट्टे कौन, कोई नेड़े जाए तो सट्टे ना। उन्हें आख्या हुण की करिए, फिर अजीब जे रूप च इहो जे मौके ते इबलीस ड्यूटी फ्री वास्ते आ जाए। उन्हें आख्या मैं दसा खजूर का तना कट्टो, उन्होंने विचों खाली करो खोल, उहदे विच इसनू रखो, उहदे सिरियां ते रस्सा बन के पींग तेरा झुलारा दे के सुट्टो। वो फिर खजूर का तना खोखला किया गया भी जनाब इब्राहिम ए इन पींग तेरा उलारा दे के ना उत्थे जनाब इब्राहिम जा रहे। रस्ते विच जनाब जिबरील नाज़िल हो नबी अल्लाह मेरा सलाम, फरमा मेरा भी सलाम। बादशाह दो कम मैं कर सकना, काफूरी पर मार के अग बुझा दें तो पर चाह के इतों ही आसमान से लै जा। ते फरमाया तेन मैं बुलाया आया क्यों तू मैं सदके क्या बात है मैं तेन कोई बुलाया तू आया क्यों। उस आख्या ना भी बुलाओ तो मैं पहली बारी आया, अगे मेरा तो आन जान नहीं, मैं डाकिया बन के नहीं आता भाई लैके नहीं आता, मैं हा काम खुदा लैके थोड़े को नहीं आता, मैं पहली बारी आया। फिर मैं चल तुर जा अगे तेरा मेरा तलक हो रही अज हो रही। उस जगह की बनिया फरमाया अगे तेरा मेरा तलक है शरीयत आला, आज शरीयत नहीं आज इश्क है। इदा मतलब फिर मर्जी नाल जा रहे हैं। ला ना फतवा जनाब इब्राहिम ते असी आगे चाल मारिए तो हुणे सन हथकड़ी लग जाने। लाए कोई हथकड़ी इब्राहिम नूं, इदा मतलब है शरीयत मना कर दी आगे चला जा इश्का दा चला जा। जड़ी रोक रही हो भी कुरान, जड़ा छाल मरवा रहा हो भी कुरान, क्लासा जुदा ना। बिस्मिल्लाह मैं एक और दलील देना, शरीफ नौजवान तनहा बीवी जंगल बियाबान च बगैर सहारे दे बगैर महरम दे छोड़ना शरीयत च नाजायज है, इश्क जायज है। ला फतवा इब्राहिम अलैहिस्सलाम ते हाजरा सलामुल्लाह अलैहा वादी गैर जी जर इन क्यों छोड़े जी। कुरान पाक दी वल्डंगे वादी गैर जी जर इन बेआबो बेआबो पानी कोई नहीं, फरमा ना हो बंदे इत्थे कोई नहीं, फरमा तां की ते तुसी फरमा मैं ते टुर चलिया। उस आखे ते की कर दे हो मैं इत्थे ही तनहाई रहना है, फरमा तनहाई रहना ते क्यों मैनू छड़ दे हो, फरमा मैं कुछ बनना चाहना। उस आखे अल्लाह दा नबी, नबी अगे उलुल अजम है पैगंबर है साहिब उम्मत है साहिब सईफ है साहिब कलम है साहिब मौज है इतने ओहदियां दा मालिक है, इस उत्ते करना की आ जिसनू समझ आई आ मेरे वतन आ लिया। इब्राहिम दामन छुड़ा कर दे जे तू इत्थे रही ना ते हद तू बाहर ना हो फिर मैं जिथे मेरी ताके ना ए जो तू गिने ना ए या नमाज पढ़ो ते रोजा रखो, जे मैं उत्थे पहुंच गया फिर मेरा दिल होया मैं सूरज निकल देना दिल हो मिलके बोलो है शरीयत शरीफ नौजवान बीवी तनहा छोड़ना ना जायज इश्क। क्या बात है,
قرآن چبا رہے تو میں مجرم دین اسلام وچ پتر نعمت ہے دھی رحمت ہے کی فرق ہے نعمت اور رحمت وچ نعمت دا حساب ہے رحمت دا کوئی حساب نہیں دھیاں دے بارے نہیں پوچھا جانا پتراں دے بارے پوچھنا ہے پانچ پتر دتے ہیں پی ایچ ڈی کرائی آ او باہر نے ملک میں تعلیم واسطے بھیجے علی دی ولایت بھی سکھائی آئی ہے یہ پوچھا جانا ہے پتر میرے ویکھ رہے ہو جی اے پتر ہے جی نعمت ہے جی شریعت کیا ہے عشق کیا شریعت کو میں پوچھا ہے میرا پتر ہے جی اپنے ہی میں ہاتھ وڑ دیا شریعت کہ نعمت ہے یہ حساب ہونا ہی جی میں کہڑا سارا وڈوں ہاں جی میں ہاتھ ہی وڈنا جی مایا یہ بھی جزو نعمت ہے نا اللہ پتر ہاتھ وڈن واسطے دیندا خبردار ہاتھ نہ وڈی میرے خیال ہے ہوں جڑا نہیں بولتا ڈھوک والے پھر بجاڑ والے دا ہونا جرم تے نہیں نہ ہوندا جی محنت میں پیا کرنا تیرے نال ایک موضوع تے اتنے ذہن تے میں 10 دن دروازہ کھٹکا رہا کھلے گا دروازہ کیوں نہیں کھلے گا ماشاءاللہ بطول دے پتراں دی عطا تے مان ہے سن زاکری تے مان نہیں ہوندا میرے سنی بھائی زیادہ توجہ دے شریعت کولو میں پوچھا ہے پتر دا ہاتھ وڑ دیا شریعت آخیا نہ ناجائز ہتھ کڑی لگ جائے گی شریعت پتر دا ہاتھ نہیں وڈن دین دی عشق آدھا پتر دا گل وڈ دے جو ہوئی ویکھی جائے گی کچھ نہیں صدقے ہوں میں صدقے ہوں میں صدقے ہوں جنہیں سمجھیو بولو لاؤ فتوہ جناب ابراہیم علیہ السلام تو انہاں پتر دے گل تے چوری کیوں رکھی جی انہاں اپنے الو زبا کر دیتے فا اتم ہونا اللہ پہلے تو زبا کر دیتے وفا دینا ہو بے زبا نظیم میں نے اس تو بڑی لب گیا تاں میں بچایا انہاں اپنے الو پتر زبا کیتے ہیں پرانے کیس پٹ کے عدالتاں چ لیاون والے پٹنا کیس ابراہیم دا وی پتر قتل کیتے ہیں شریعت دی انگلی نہ وڈ پتر دی اس گل وڈوا رہا ہے جے دین تو باہر ہے تو میرے گل کپڑا پا لے یا آخ نعوذ باللہ ابراہیم جڑا کم کیتا ہے دین تو باہر ہے دین کلاس بنانی پے گی جدے پتر دی انگلی وڈنی ناجائز ہے او شریعت دی لو کلاس ہے جدے پتر دا گل وڈنا جائز ہے او دین دی ہائی کلاس جدے ہتھ وڈنا ناجائز ہے او شریعت ہے جدے گل وڈنا جائز ہے او عشق ہے وہ بھی دین ہے وہ بھی دین کلاساں جدا جدا سلیبس جدا جدا ایسے واسطے تھی جڑی سوکھی ہے اللہ لازمی کیتی ہے ایتھے ہی ریا رہو نا لائق رہا فی دین ضروری ہے تو عشق کی چاہنا اتھے آئیں پھر پتر زبا کرنے پہنے میں بندے منہ پر نے قسم خدا دی میں نبی منہ پر نے ڈاندے دیکھیں اس وقت جی بس توبہ توبہ باغان دی قربانی دینے ہیں عزت دی کون دے بس یہ ختم ساڈے والا نہیں جی یہ مطلب ہے شریعت بھی دین ہے عشق بھی دین شریعت سوکھی عشق اوکھا شریعت منگن دا نہ عشق دین دا نہ شریعت لازمی عشق اختیاری ترے کم میں جناب دے سارا گن دیتے ہیں شریعت اچ اگ وچ چھال مارنا ناجائز تنہا با پردہ نوجوان شریف زوجہ جنگل بیا بیان چھوڑنا شریعت اچ ناجائز پتر دا ہتھ وڑنا شریعت اچ ناجائز اے تریوے کم عشق جائز نے عشق دا اگ وچ چھال وی مار دے بیوی نو تنہا وی چھوڑ دے پتر نو ذبح کر اچھا اسی پتر نو ذبح کرنے آ پیر جی تے ساڈے تے 302 ہے اے ابراہیم علیہ السلام دے 302 کیوں موجی والا بھائی میرا علاقہ بیٹھے ہے جملے دی قدر کرنا 302 شریعت والوں تے لگدی ہے عشق والوں تے نہیں لگدی ہائے 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 302 ہے شریعت جڑے عشق ٹر جاندے انہاں تے 302 کو نہیں لگدی اتنی بات میں کیوں کیتی اتنا جناب دا قیمتی وقت میں کیوں لیا اتنی صرف بات میں ایک جملہ سمجھانے واسطے کی تھی خطیب دی خطابت دا وڑا ویکھو کتنا وڑا مار کے تے میں اے ایک جملہ سمجھانا ہے تسی کسان لوگ ہو نا دیہاتی لوگ ہو تانوں بیج بہت پیارا آندا ہے تسی اس وقت تک بیج دا چھٹا نہیں مار دے جد تزیمی صحیح رونی نہ ہو
ਜਿਵੇਂ ਤੁਹਾਨੂੰ ਬੀਮ ਪਿਆਰਾ ਹੈ ਨਾ, ਸਾਨੂੰ ਜ਼ਾਕਰੀ ਬੜੀ ਪਿਆਰੀ ਜੀ। ਮੈਂ ਤੁਹਾਡੇ ਜ਼ਿਹਨ ਤਿਆਰ ਕੀਤੇ ਨੇ ਇਹ ਇੱਕ ਬੀਜ ਬਾਉਣ ਵਾਸਤੇ ਜੀ। ਦੀਨ ਦੋ ਹਿੱਸੇ ਨੇ, ਇੱਕ ਸ਼ਰੀਅਤ ਇੱਕ ਇਸ਼ਕ। ਸ਼ਰੀਅਤ ਵੀ ਦੀਨ ਹੈ, ਇਸ਼ਕ ਵੀ ਦੀਨ ਹੈ। ਸ਼ਰੀਅਤ ਵੀ ਕੁਰਾਨ 'ਚ, ਇਸ਼ਕ ਵੀ ਕੁਰਾਨ 'ਚ। ਆਹਕਾਮ ਸ਼ਰੀਅਤ ਵੀ ਕੁਰਾਨ 'ਚ ਨੇ, ਆਹਕਾਮ ਇਸ਼ਕ ਵੀ ਕੁਰਾਨ 'ਚ ਨੇ। ਲੇਕਿਨ ਸ਼ਰੀਅਤ ਦੇ ਆਪਣੇ ਕਾਨੂੰਨ ਨੇ, ਇਸ਼ਕ ਦੇ ਆਪਣੇ ਕਾਨੂੰਨ ਨੇ। ਸ਼ਰੀਅਤ ਜਿਹਨਾਂ ਚੀਜ਼ਾਂ ਤੋਂ ਮਨ੍ਹਾ ਕਰਦੀ ਹੈ, ਇਸ਼ਕ ਅਦਾ ਕਰ ਲੈ ਖੈਰ। ਹੁਣ ਮੈਂ ਜੁਮਲਾ ਆਖਾਂ ਜੀ, 1400 ਸਾਲ ਤੋਂ ਮਾਂ ਬੈਨ ਅਲ ਫਰੀਕੈਨ ਸੁਨੀ ਸ਼ੀਆ ਦੇ ਦਰਮਿਆਨ ਇੱਕ ਮੁਤਨਾਜ਼ਾ ਮਸਲਾ ਆ ਰਿਹਾ ਜੀ। ਮਾਤਮ ਵਿਖਾਓ ਜੀ, ਜਾਇਜ਼ ਹੈ ਜਾਂ ਨਾਜਾਇਜ਼ ਹੈ ਜੀ, ਬਿਦਤ ਹੈ ਜੀ, ਨਹੀਂ ਇਬਾਦਤ ਹੈ, ਗੁਨਾਹ ਹੈ ਨਹੀਂ ਜੀ, ਸਵਾਬ ਹੈ ਜੀ, ਹਲਾਲ ਹੈ ਨਹੀਂ ਜੀ, ਹਰਾਮ ਹੈ ਜੀ। ਛੋੜੋ ਯਾਰ, ਇਲਾਕੇ ਦੀ ਭਰਿਆ ਬੈਠੀ ਹੈ। ਮਾਤਮ ਹਲਾਲ ਹੈ ਹਰਾਮ ਹੈ ਛੋੜੋ, ਬਿਦਤ ਹੈ ਇਬਾਦਤ ਹੈ ਬਾਅਦ ਦੀ ਬਹਿਸ ਹੈ, ਜਾਇਜ਼ ਹੈ ਨਾਜਾਇਜ਼ ਹੈ ਬਹਿਸ ਬਣਦੀ ਨਹੀਂ। ਕੇਸ ਅਗਰ ਠੀਕ ਕਰਨਾ ਤੇ ਐਫ ਆਈ ਆਰ ਠੀਕ ਕਰੋ। ਜਿਸ ਕੇਸ ਦੀ ਐਫ ਆਈ ਆਰ ਬੁਨਿਆਦੀ ਠੀਕ ਨਹੀਂ, ਸੁਪਰੀਮ ਕੋਰਟ ਤੱਕ ਬਹਿਸਾਂ ਪੇ ਕਰਨ, ਖੱਪ ਖੱਪ ਕੇ ਮਰ ਜਾਣ ਵਕੀਲ, ਫਾਇਦਾ ਵਿੱਚ ਹੋਣਾ ਹੀ ਕੋਈ, ਬੁਨਿਆਦੀ ਗਲਤ ਐਫ ਆਈ ਆਰ ਹੀ ਗਲਤ। ਐਫ ਆਈ ਆਰ ਠੀਕ ਕਰੋ, ਮਾਤਮ ਦੀ ਐਫ ਆਈ ਆਰ ਠੀਕ ਨਹੀਂ ਲਿਖੀ ਗਈ, ਮੁੱਲਾ ਤੂੰ ਗੜਬੜ ਕੀਤੀ ਹੈ, ਤਾਂ ਨਹੀਂ ਅੱਜ ਤੱਕ ਆਵਾਮ ਨੂੰ ਸਮਝ ਆ ਰਹੀ। ਮਾਤਮ ਹਲਾਲ ਹੈ, ਹਰਾਮ ਹੈ, ਬਿਦਤ ਇਬਾਦਤ ਹੈ, ਗੁਨਾਹ ਹੈ, ਸਵਾਬ ਹੈ, ਬਹਿਸ ਬਣਦੀ ਨਹੀਂ। ਪਹਿਲੇ ਆਓ ਬੁਨਿਆਦੀ ਤੌਰ ਤੇ, ਕਲਮਾ ਰਸੂਲ ਦਾ ਪੜ੍ਹਨ ਵਾਲੇ ਬੈਠੇ ਨੇ, ਸੁਨੀ ਸ਼ੀਆ ਕਬਰ ਨੂੰ ਨਿਗਾਹ 'ਚ ਰੱਖ, ਆਮਿਨਾ ਦੇ ਲਾਲ ਨੂੰ ਹਾਜ਼ਰ ਨੂੰ ਨਾਜ਼ਰ ਜਾਣ, ਪੜ ਕਲਮਾ ਤੇ ਸ਼ਾਹ ਨੂੰ ਵੰਡ ਕਰ ਦੇ। ਪਹਿਲੇ ਦੱਸ, ਇਹ ਸ਼ਰੀਏ ਮਾਤਮ ਦੀਨ 'ਚ ਮਸਲਾ ਸ਼ਰੀਅਤ ਹੈ ਜਾਂ ਮਸਲਾ ਇਸ਼ਕ ਹੈ? ਹਾਏ ਹਾਏ, ਫਿਰ ਪਤਾ ਲੱਗੇ, ਫਿਰ ਪਤਾ ਲੱਗੇ ਹਲਾਲ ਹੈ ਜਾਂ ਹਰਾਮ, ਫਿਰ ਪਤਾ ਲੱਗੇ ਮਾਤਮ ਬਿਦਤ ਹੈ ਜਾਂ ਇਬਾਦਤ। ਬੋਲੋ, ਸਭ ਤੋਂ ਪਹਿਲੇ ਬੁਨਿਆਦੀ ਮਸਲਾ ਹੱਲ ਕਰੋ। ਚਾਰ ਸਿਆਣੇ ਬੈਠ ਜਾਓ, ਸੁਣੀ ਸੀ ਕੁਰਾਨ ਹਦੀਸ ਫਿਕਾ ਤਫਸੀਰ, ਸ਼ਊਰ ਅਕਲ ਸਾਹਮਣੇ ਰੱਖ ਕੇ ਫੈਸਲਾ ਕਰ ਦਿਓ। ਇਹ ਮਾਤਮ ਰੋਣ ਪਿੱਟਣ ਜ਼ੰਜੀਰ ਆਜ਼ਾਦਾਰੀ, ਇਹ ਮਸਲਾ ਸ਼ਰੀਅਤ ਹੈ ਜਾਂ ਮਸਲਾ ਇਸ਼ਕ? ਪਹਿਲੇ ਤੇ ਵੰਡ ਕਰੋ ਨਾ ਜੀ, ਬੁਨਿਆਦ ਠੀਕ ਕਰੋ, ਫਿਰ ਬਹਿਸ ਕਰੋ। ਸ਼ਰੀਅਤ ਤੇ ਫਿਰ ਸ਼ਰੀਅਤ ਦੇ ਤਨਾਜ਼ਰ 'ਚ ਵੇਖੋ, ਇਸ਼ਕ ਤੇ ਫਿਰ ਇਸ਼ਕ ਦੇ ਤਨਾਜ਼ਰ 'ਚ। ਹੁਣ ਕੱਚੀ ਪਹਿਲੀ ਵਾਲੇ ਤੇ ਅਲਜਬਰਾ ਨਹੀਂ ਨਾਮ ਦਾ, ਹਾਏ 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 ਹਾਏ, ਪ੍ਰਾਇਮਰੀ ਦੇ ਬੱਚੇ ਨੂੰ ਆਖੋ ਅਲਜਬਰਾ ਹੋ ਸਕਣਾ, ਸਾਡੀ ਕਲਾਸ ਸੀ ਤੇ ਅਲਜਬਰੇ ਨਾਮ ਦਾ ਬੰਦੇ ਕੋਲ ਉਹ ਵੇਖੇ ਹੋ ਸਕੇ। ਮੈਂ ਅੱਜ ਤੱਕ ਨਹੀਂ ਵੇਖਿਆ ਚਿੰਗਚੀ ਤੇ ਆਉਂਦਾ ਜਾਂ ਪੈਦਲ ਆਉਂਦਾ। ਉਹ ਨਾ ਆਖੋ ਮੈਥ ਰਿਆਜ਼ੀ ਅਲਜਬਰਾ ਹੋ ਸਕਣਾ, ਪਾਗਲ ਹੋ ਗਏ ਹੋ? ਮੈਥ ਮੈਥ ਹੁੰਦਾ ਤੇ ਮਾਸਟਰ ਸਾਨੂੰ ਵੀ ਪੜ੍ਹਾਉਂਦੇ ਨਾ, ਕਿੱਥੋਂ ਕੱਢ ਆਉਂਦਾ ਜੇ ਸਾਡੀਆਂ ਕਿਤਾਬਾਂ 'ਚ ਕੋਈ ਨਹੀਂ। ਉਹਦੀ ਕਲਾਸ ਦਾ ਨਹੀਂ ਨਾ, ਓਏ ਹੋਏ, ਮੇਰੇ ਵਾਲੀਏ ਵਲੈਤ ਬਾਬਾ ਜੀ ਐਸੇ ਵਾਸਤੇ ਫਰਮਾਇਆ ਹੀ, ਇਨਸਾਨ ਦੀ ਨੇਚਰ ਏ ਜਿਸ ਚੀਜ਼ ਤੋਂ ਜਾਹਿਲ ਹੁੰਦਾ ਉਹਦਾ ਇਨਕਾਰ ਕਰਦਾ। ਅੱਲਾਹੁ ਅਕਬਰ, ਅੱਲਾਹੁ ਅਕਬਰ, ਉਸ ਪੜ੍ਹਿਆ ਨਹੀਂ ਉਸ ਆਣਾ ਪ੍ਰੋਫੈਸਰ ਸਾਣਾ ਪਾਗਲ ਹੋ ਗਏ ਹੋ? ਅਲਜਬਰਾ ਅਲਜਬਰਾ ਲਾਈ ਜੇ ਮਾਸਟਰ ਸਾਹਿਬ ਤੇ ਨਹੀਂ ਪੜ੍ਹਾਇਆ, ਸਾਡੀਆਂ ਕਿਤਾਬਾਂ 'ਚ ਕੋਈ ਨਹੀਂ, ਉਹਨੂੰ ਡਾਂਗਾ ਲੈ ਕੇ ਮਨਵਾਓ ਤੁਸੀਂ ਨਹੀਂ ਮੰਨਣਾ। ਹੈ ਸਹੀ, ਮੰਨਦਾ ਕਿਉਂ ਨਹੀਂ? ਉਹਦੀ ਕਲਾਸ ਹੀ ਨਹੀਂ ਤੇ 1400 ਸਾਲ ਹੋ ਗਏ ਸਨ ਖਪਦੇ ਆ, ਮੁੱਲਾ ਮੰਨਦਾ ਕਿਉਂ ਨਹੀਂ? ਉਹਦੀ ਕਲਾਸ ਸ਼ਰੀਅਤ ਵਾਲੀ ਹੈ, ਮਾਤਮ ਮਸਲਾ ਇਸ਼ਕ ਵਾਲਾ ਹੈ। ਅਗਲੀ ਕਲਾਸ ਹੀ ਚਾਹੇ ਤੇ ਪਤਾ ਲੱਗੇ ਨਾ ਜਾਇਜ਼ ਹੈ ਜਾਂ ਨਾਜਾਇਜ਼। ਬੋਲੋ, ਦਰਦਾਰ ਮੈਂ ਥੋੜੀ ਆ ਰਹੀ ਜੇ ਰਿਜ ਨਹੀਂ ਜਾਣਾ ਮੈਂ। ਤਵੱਜੋ ਫਰਮਾਈ ਜੀ, ਮਾਤਮ ਜ਼ੰਜੀਰ ਰੋਣ ਪਿੱਟਣ ਆਜ਼ਾਦਾਰੀ, ਇਹ ਦੀਨ 'ਚ ਮਸਲਾ ਸ਼ਰੀਅਤ ਨਹੀਂ, ਮਸਲਾ ਇਸ਼ਕ। ਤੂੰ ਸ਼ਰੀਅਤ ਵਾਲੀ ਐਨਕ ਲਾਏ ਤੇ ਤੈਨੂੰ ਪਤਾ ਲੱਗੇ ਨਾ ਇਸ਼ਕ 'ਚ ਕੀ ਹੁੰਦਾ। ਅੱਛਾ ਜੀ, ਫਿਰ ਤੁਹਾਡੀ ਚੁੱਪ ਦਲੀਲ ਮੰਗਦੀ ਜੀ, ਕੀ ਹੈ ਜੀ ਤੇਰੇ ਕੋਲ ਦਲੀਲ? ਕੀ ਹੈ? ਮਾਤਮ ਜ਼ੰਜੀਰ ਜ਼ਨੀ ਸ਼ਰੀਅਤ ਨਹੀਂ ਇਸ਼ਕ। ਇਹ ਮੈਂ ਪਹਿਲੇ ਬੜਾ ਟਾਈਮ ਲਾਇਆ ਜੇ ਕਿ ਇਸ਼ਕ ਵਾਲੇ ਕੰਮ ਨੂੰ ਦੀਨ 'ਚੋਂ ਨਹੀਂ ਕੱਢ ਸਕਦੇ। ਮਤਿਆ ਕੋ ਲੋ ਜੀ, ਜਿਹੜੀ ਸ਼ਰੀਅਤ ਹੀ ਨਹੀਂ ਕਰਨਾ ਕੀ ਉਹ ਮਰੇ? ਸ਼ਰੀਅਤ ਨਹੀਂ ਇਸ਼ਕ ਤੇ ਹੈ ਨਾ, ਉਹ ਵੀ ਤੇ ਦੀਨ ਹੀ ਹੈ ਨਾ। ਦਲੀਲ ਦਿਓ ਜੀ, ਦਲੀਲ ਕੀ ਹੈ ਜੀ? ਮਾਤਮ ਜ਼ੰਜੀਰ ਰੋਣ ਪਿੱਟਣ ਮਸਲਾ ਸ਼ਰੀਅਤ ਨਹੀਂ ਇਸ਼ਕ, ਦਲੀਲ ਕੀ ਹੈ ਜੀ? ਮੇਰੇ ਖਿਆਲ 'ਚ ਮੈਨੂੰ ਜ਼ਿਆਦਾ ਟਾਈਮ ਨਹੀਂ, ਮੇਰਾ ਸਾਹਮਣੇ ਮੇਰੇ ਕੋਲ ਲੈਣਾ ਚਾਹੀਦਾ, ਮੁਤਮਿਨ ਹੋਣਾ ਚਾਹੀਦਾ। ਦਲੀਲ ਮੈਂ ਦੇਣਾ, ਮਾਤਮ ਮਸਲਾ ਸ਼ਰੀਅਤ ਨਹੀਂ ਇਸ਼ਕ,
इस वास्ते कि शरीयत आलिया नू दर्द होंदा है, इश्क आलिया नू दर्द है। आए 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 मैं सदके हूं दर्द हो ना उथे क्यों ये मतलब है जो मातम करता है वह इश्क च जरा रोकता है शरीयत यार रोको कख नहीं पा छड़ा। अच्छा यार तुम शिया थोड़ी जी नरमी इख्तियार करो, ये जो सुनी भाई सन मातम तो रोकते जे नफरत तो नहीं रोक जी एहसास करते पुत्र लगता इंज पै जाता मैं तो अगर खूह हो तो पता होंगे खूह ओ यार डको इसनों डको असि उन्होंने लगने दिखान डको पागल ने फिट गए ने कख नहीं पिछड़ दो यार इस हवाले नाल भी सोचा करो ना सुनी भाई साढ़े तो नफरत नहीं प्यार तो रोकते ओ यार डको हो छुरियां मार के उन्होंने फिर तकलीफ तो आती है साढ़े अपने ने प्यारे ने यार कख नहीं पिछड़ जी सच्ची गल है सच्ची असल च वह खलोते होंगे ने शरीयत मातमे टुर जाता मन गले दर्द होंगी होंगी को अच्छा है रोजे अशूर जंजीर चलन गए जी तो फिर वेखण आले चोखे मारन आले थोड़े शरीयत आले चोखे इश्क आले ओ फिर वेखण छुरियां मारते ने एडिया एडिया लम्बिया छुरियां आप ही तेज कराते ने यार वे की बुलाव ने वे लो भाई वेखना है वेखना चल के वो फिर बंदे बड़े हौसले नाल वेख कसम खुदा दी मैं वेखे वेखण वाले च बेहोश होंगे ने मारने च कोई हाय हाय क्यों फिर साढ़े हल्कों च दो चार बंदे असी शी ऐसे खिलवाए होंगे ने जे सिर्फ जंजीर मारन वाले फड़ते हैं उन्होंने ड्यूटी की लैवे ध्यान रखना है जिसन ज्यादा लग जाए फड़ लेना वो फिर अनाड़ी बंदा नहीं होंगे फड़न वाला वो बड़े मिचोर होंगे अनाड़ी बंदा इश्क वालों के नेड़े गया नहीं मौला मौला वो फिर बड़ा या या। मिचोर जहा बंदा होंगे उसको पता होंगे जंजीर वाला हथ किथे होवे ते फड़ना है ते कितों फड़ना या ली भाई पुरबाश वास 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 वो फिर की कहता है छोड़ो जी मैं दो हथ मारन दो दिन होगी मंजूरी होगी ना बस ठीक होगा जी नहीं अजय नहीं एक हथ हो दिन मौला गाजी की कसमें सोने लग गई हो गई लो जी भरिया मेरा सवाल है छोड़ो यार सुनी शिया मैं तेरे फिरके नाल बहस पे करना ये फड़न आला दसद लागे नहीं मारन आले क्यों नहीं पता लागे नहीं मंजूरी होगी नहीं वजह की है उन्हें पता लगे ना जिन्हें लगते हैं पता लगे जो शरीयत हो शरीयत ही दर्द होंगे इश्क में दर्द ही नहीं होना जवानी च व्हीलिंग करते हैं मोटरसाइकिल तो डह के उठ खलोवी दे बुढ़े वेले ठुड्डा लगे तो नहीं उठा क्यों जवानी च ताकत होंगी कुव्वत मुदाफियत होंगी मैं देखे गोडे गिटे छिले खून पे वादा कुछ नहीं मोटरसाइकिल एक बार फिर दे बाबे हरी चाचे हरी वेड़े ठुड्डा लगे तो नहीं उठा बल्कि जवानी दी सट्टा दे दर्द बुढ़ापे च भी हो जाए इहदा मतलब है निस्बतन ज़ईफी विच सट दा दर्द सरकार दा तन मुबारक शहीद होया ये मदीने तो खबर निकली तो करण पहुंची उन्हें आख्या उन्हू दसो जी की गल खा जाए जानते हो जी ये सरकार दे आशक हैं ने आशक हैं ने सहाबी नहीं इहदा मतलब है आशकां वास्ते सोहबत की जरूरत कोई नहीं जरूरी नहीं महबूब वेखण ते शोंदा महबूब परदे गैबत च होवे होवे कोई मुहम्मद अपना राज आई सरकार मदीने फिर वापस
ماں پوچھتی ہاں بھائی ملاقات ہوئی ہے اما کو نہیں ہوئی اللہ پتر کل پھر ٹر دے اما ریا نہ رواں نہ واپس لازمی آؤں بان نبی دا عشق نہیں دیندا ران ماں دا حکم نہیں باؤ جی میں جملہ کر لگا تیسری واری گئے تے واپس آ گئے تے ماں پوچھا کو نہیں ہوئی زیارت ماں کو نہیں ہوندی جے دو چار دن کت رہن لو سکے نہ رہن اس کہ اماں رہن کیوں نہیں دیندی مدینے اس کہ میرا پتر میں سنے جڑا اوتھے چوکھا رہندا نہ بے دید ہو جاندا ہائے 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 میں صدقے ہوا میں صدقے وہ پھر عاشق ہیں نے زیارت کو نہیں بھیڑ بکری چلا رہے نا پنڈو باہر کرن تو باہر وہ بندہ بجتا گیا اس کہ بابا جی بابا جی وہ سنیا جی اس کہ کی سنیا اس کہ سرکار دا دل مارے شہید ہو گیا جی کس دا آمنا دل آ گیا میرے بادشاہ دا میرا سنی بھائی میں ہی نہیں پڑی اینج وٹا پہ آئی پتھر بابے چاہتے اے موت مار وہ جڑا دسن والا ہے وہ کمل لا پیا جڑا مارن والا وہ مطمئن ہو کے پیا مارتا آؤ بسم اللہ بھائی علی مان اللہ زندگی دراز کرے صحت نال بخت نال عزت نال توجہ فرما رہے جی وہ جڑا دسن آیا نا وہ تراب نکل گیا اس بابا میرے کھاتے پی گئے میں کیوں دسن آیا انہیں پھڑ لیا وہ دوجا چوتھا پنجواں وٹا پہ مار دیں تمہیں بابا جی کرو کرو صبر کرو ہے رہیے اس ہاتھ چھڑ دے میرے اس کے انہوں نے ایک ہی ٹوٹا ہی بابے آخیا کہڑا اس کے مین کوئی پتا نہیں بابے آخیا پھر مین بھی کوئی پتا کتنے تروڑے نے بولو آدھے ہی بتی نے پنجاب بھی آدھے تو بابے تروڑے قسم خدا دی ہوں بتی لو جی میرا سوال ہے وٹے نال دند تروڑیا درد ہوں یا نہیں بابے نو کیوں نہیں جڑے نہیں پہ بول دے بابے رانے ٹیکا لوایا ہے ٹیکا جے بنے ہی کوئی نہیں کیا کہنا بڑھاپے بھی تو نہیں در چوکھا ہوندا ہے بابا وٹے پہ ماردا ہے پھڑن والے پہ پھڑدا ہے چھڑ دے انہیں بتی دے بتی دا مطلب تو ودھ کے تروڑے نے پینو درد کی نہیں ہوندا درد تاں ہوندا ہے جے شریعت ہوے تے بابا آئی عشق اچ تے اوئے ہوئے میں جملہ کھا پھا لیا منڈی بودین علاقے دا چنیتا مجمع میرے سامنے اے جڑے کول نبی دے بیٹھے رہے نے انہاں نوں کیوں نہیں کچھ ہویا جڑا کرنا جے اس بتی جڑے کول آنو شریعت والے ہن جڑے کرنا لائی او عشق والا عشق والا شریعت والا ماشاءاللہ ماشاءاللہ اج ساڈے تے میں سچ کہوں اج ساڈے تے فتوی لانا جی او پاگل ویکھو جی شہید کربلا دے ہاں تیرے نوں کٹا پٹی لائی او یار وہ شہیدان نہیں روی دا زندہ ہوں دے انہاں دیا روحاں تکلیف ہوں دے میں بھی 22 سال میری ذاکری سروہ سے ممبر رسول لی گدا گری قسم خدا دی میں آج تک ششو پانجی چاہاں میں نہیں سمجھ پی آم دی اسی ماتم کرنے ہیں تو زندہ ہوں دینے ادھی مدد مانگنے ہیں تو مردہ کیوں ہوں دے ماتم کر اوہ زندہ نو پٹ کے جائے یا رسول اللہ مدد یا علی مدد مردیاں تو مدد کیا کہنا پہلے تو مہربانی کر یا انہوں نے زندہ رکھ میں ایک گزارش کرا میرا موضوع نہیں میں پھر دور چلا جاؤں گا ہر کسی دے موت ہے ولی تے موت ہی نہیں اسی رسول کو سنی مدد منگتے ہیں اسی شیعہ مدد منگنے علی کو مدد منگنے اسی ایز اے ولی مدد منگنے تے ولی تے موت ہی نہیں کتنی داد دیو گے کتنی دعا دیو گے ولی تے موت ہی نہیں میں چیلنج کر رہا ہوں ولی اک اللہ محمد یا علی نہیں اللہ بھی ولی انما ولیکم اللہ و رسولہ تو پہلے ولی تے اللہ تے موت ثابت کر میں محمد نو بھی مردہ مان لینا میں علی نو مردہ سارے بولو ماشاءاللہ ماتم دیواری زندہ دا ماتم مدد دیواری مردیاں تو مردیاں چلو چھڑو جی یہ جڑے خواجہ ویس کرنی بتی تروڑے نے خون بہایا ہے نعمتہ خدا دیاں ضائع کیتیاں نے یہ زندہ مصطفیٰ دی یاد دی چاہیے نعوذ باللہ مردہ مصطفیٰ دی آئے
ਇਹਦਾ ਮਤਲਬ ਹੈ ਮੰਜ਼ਲ ਇਸ਼ਕ ਵਿੱਚ ਜ਼ਿੰਦਾ ਦੀ ਯਾਦ ਵਿੱਚ ਖੂਨ ਬਹਾਣਾ ਜਾਇਜ਼ ਹੈ। ਅੱਲਾ ਮਨਾ ਕਰਦਾ ਨਾ, ਮੇਰਾ ਮੁਹੰਮਦ ਹੈ ਬਾਬੇ ਦੀ ਬਿਦਤ ਪੇ ਕਰਦੇ, ਤੇਰਾ ਇੱਕ ਟੁੱਟਿਆ ਤਾਂ ਉਸ ਬੱਤੀ ਦੇ ਬੱਤੀ ਨੇ ਮੇਰੀਆਂ ਨਿਮਤਾਂ ਜ਼ਾਇਆ ਕਰਨ। ਯਾ ਰਸੂਲ ਅੱਲਾ ਮਨਾ ਫਰਮਾਓ, ਮੈਂ ਇਸ ਕੰਮ ਨੂੰ ਨਾ ਜਾਇਜ਼ ਸਮਝਣਾ, ਜ਼ਿੰਦਾ ਦੀ ਯਾਦ ਵਿੱਚ ਖੂਨ ਨਹੀਂ ਬਹਾਣਾ ਚਾਹੀਦਾ। ਅੱਲਾ ਮਨਾ ਕੀਤਾ ਵੇ ਬਈ ਦੀ ਮਮਾਨਿਅਤ ਹੋਵੇ, ਮੇਰਾ ਖੂਨ ਮਾਫ਼। ਸੁਣੀ ਸੀ ਜਾਂ ਦੋਵੇਂ ਘਰ ਤੁਸੀਂ ਇਮਾਨ ਰੱਖਦੇ ਹੋ, ਸਾਡਾ ਨਬੀ ਇਲਮੇ ਗੈਬ ਰੱਖਦਾ, ਤੁਸੀਂ ਬੋਲੋ ਕਿਆ ਨਬੀ ਨੂੰ ਮਦੀਨੇ ਬਹਿ ਕੇ ਕਰਨ ਦੀ ਖਬਰ ਕੋਈ ਨਾ? ਨਬੀ ਨਹੀਂ ਜਾਣਦੇ ਬਾਬੇ ਹੋਰੀ ਗਲਤ ਫੇ ਕਰਦੇ ਨੇ, ਕਿਸੇ ਨੂੰ ਦੌੜਾਉਂਦੇ, ਚੱਲ ਬਈ ਨਸ ਉਹਨੂੰ ਮਨਾ ਕਰ, ਉਹਦੇ ਹੱਥ ਪਕੜ ਲੈ, ਮੈਂ ਜ਼ਿੰਦਾ ਖੈਰੀ ਮੈਰੀ ਤੇ ਉਸ ਕੱਖ ਨਹੀਂ ਛੱਡਿਆ, ਜ਼ਿੰਦਾ ਦੀ ਯਾਦ ਵਿੱਚ ਖੂਨ ਬਹਾਣਾ, ਮੈਂ ਮੁਹੰਮਦ ਨਾਰਾਜ਼ ਹੋਣਾ। ਅੱਲਾ ਮਨਾ ਦੀ ਬਈ ਭੇਜੀ ਹੋਵੇ ਤਾਂ ਖੂਨ ਮਾਫ਼ ਹੈ, ਨਬੀ ਮਮਾਨਤ ਵਾਸਤੇ ਬੰਦਾ ਭੇਜਿਆ ਹੋਵੇ ਕਤਲ ਮਾਫ਼ ਹੈ। ਅਗਲੀ ਗੱਲ ਮੈਂ ਤੈਨੂੰ ਸਾਬਤ ਕਰ ਦੇਣਾ, ਨਸੀਬ ਤੇਰਾ ਹੈ, ਨਾ ਮੁਹੰਮਦ ਮਨਾ ਕੀਤਾ ਨਾ ਅੱਲਾ ਮਨਾ ਕੀਤਾ। ਨਬੀ ਪਾਕ ਮਸਜਿਦ ਨਬੀ ਦੇ ਮਿੰਬਰ ਤੇ ਬੈਠੇ ਨੇ, ਸਹਾਬਾ ਦਾ ਮਜਮਾ, ਫਰਮਾਇਆ ਸਹਾਬਾ ਮੁਝੇ ਰਸਤਾ ਦੇ, ਉਹ ਬੰਦੇ ਉੱਠ ਕੇ ਅੱਧੇ ਇੱਧਰ ਹੋ ਗਏ, ਅੱਧੇ ਕੌਣ ਆ ਰਿਹਾ ਜੇ? ਫਰਮਾਇਆ ਆ ਕੋਈ ਨਹੀਂ ਰਿਹਾ, ਮੁਝ ਮੁਹੰਮਦ ਕੋ ਕਰਨ ਸੇ ਖੁਸ਼ਬੂ ਹੈ ਜੰਨਤ ਆ ਆਏ। ਤਵੱਜੋ ਫਰਮਾ ਰਹੇ ਸਾਹਿਬਾਨ, ਦੀਨ ਵੀ ਸ਼ਰੀਅਤ ਵੀ ਦੀਨ ਹੈ, ਇਸ਼ਕ ਵੀ ਦੀਨ ਹੈ। ਸ਼ਰੀਅਤ ਸੌਖੀ, ਇਸ਼ਕ ਔਖਾ। ਮਾਤਮ ਜ਼ੰਜੀਰ ਗਿਰੀਆ ਉਮਾ ਜ਼ਨੀ, ਇਹ ਸ਼ਰੀਅਤ ਨਹੀਂ, ਇਹ ਇਸ਼ਕ। ਜਿਹੜਾ ਮਨਾ ਕਰਦਾ ਨਾ ਉਹ ਸ਼ਰੀਅਤ ਵਿੱਚ ਖਲੋਤੇ, ਆਏ ਹਾਏ ਹਾਏ, ਜਿਹੜਾ ਮਾਰ ਰਿਹਾ ਉਹ ਇਸ਼ਕ ਵਿੱਚ ਖਲੋਤਾ। ਬੱਚਾ ਤੇਰਾ ਕਾਲਜ ਪੜ੍ਹਦਾ ਹੈ, ਤੂੰ ਪ੍ਰਾਇਮਰੀ ਦੇ ਬੂਹੇ ਤੇ ਡਰਾਈਵਰ ਭੇਜਾਂ, ਸਾਰੀ ਜ਼ਿੰਦਗੀ ਖਲੋਤਾ ਰਹੇ, ਉਹਨੂੰ ਬੱਚਾ ਨਹੀਂ ਲੱਭਣਾ, ਕਿਉਂ? ਡਰਾਈਵਰ ਬਹੁਤ ਪਿੱਛੇ, ਬੱਚਾ ਬਹੁਤ ਅੱਗੇ। ਤੂੰ ਸ਼ਰੀਅਤ ਦੀ ਮੰਜ਼ਲ ਹੀ ਖਲੋ ਕੇ ਸਾਰੀ ਜ਼ਿੰਦਗੀ ਝਗੜਾ ਪਿਆ ਕਰ, ਮਾਂ ਤੁਮ ਦੱਸੋ ਜੀ, ਪਿੱਟਣਾ ਦੱਸੋ ਜੀ, ਲੋਕਾਂ ਦੱਸੋ, ਮੰਜ਼ਲ ਇਸ਼ਕ ਵਿੱਚ ਐਵੇਂ ਤਾਂ ਪਤਾ ਲੱਗੇ ਨਾ ਜਾਇਜ਼ ਹੋ ਜਾਣਾ। ਸ਼ਰੀਅਤ ਦੀ ਸੌਖੀ ਹੈ, ਇਸ਼ਕ ਦੀ ਨਿਮਾਜ਼ ਔਖੀ। ਸ਼ਰੀਅਤ ਆਦੀ ਮੇਰੀ ਪੜ੍ਹਨੀ ਹੈ ਤੇ ਪਾਣੀ ਨਾਲ ਵਜ਼ੂ ਕਰੀ, ਇਸ਼ਕ ਆਦਾ ਜੇ ਮੇਰਾ ਟਾਈਮ ਹੋ ਗਿਆ ਤੇ ਪੁੱਤਰ ਦੇ ਖੂਨ ਨਾਲ। ਸ਼ਰੀਅਤ ਆਦੀ ਮੇਰੀ ਪੜ੍ਹਦਿਆਂ ਜ਼ਲਜ਼ਲਾ ਆ ਗਈ ਤੇ ਨਿਮਾਜ਼ ਛੋੜ ਦੇ, ਸੁਰਖ ਅੰਧਾਰੀ ਆ ਗਈ ਨਿਮਾਜ਼ ਛੋੜ ਦੇ, ਘਰ ਨੂੰ ਅੱਗ ਲੱਗੀ ਆ ਤੇਰੀ ਜਾਨ ਕੀਮਤੀ ਮੇਰੇ ਸਹੀ ਦੇ, ਬਾਹਰ ਨਿਕਲ ਜਾਨ ਛੋੜ ਦੇ, ਨਿਮਾਜ਼ ਛੋੜ ਦੇ, ਬਚ ਕੇ ਤੇ ਫਿਰ ਪੜ੍ਹ ਲੈਣ ਤੇ ਜਦੋਂ ਇਸ਼ਕ ਵਾਲੇ ਨੀਤ ਲੈਣ, ਜ਼ਲਜ਼ਲੇ ਆਉਂਦੇ ਰਹਿਣ, ਅੱਗਾਂ ਲੱਗਦੀਆਂ ਰਹਿਣ। ਪਰਦੇ 'ਚ ਬੈਠੀਆਂ ਮੇਰੀਆਂ ਬਿਨਾਂ ਬਹਿਣਾ ਮਾਵਾਂ, ਜਿਸ ਨੂੰ ਰੋਣ ਆਈਆਂ ਉਸਦੀ ਇੱਕ ਵੀ ਕਜ਼ਾ ਨਹੀਂ। ਛੱਤੀਆਂ ਸ਼ਹਿਰਾਂ 'ਚ ਬਿਨ ਪਲਾਂ ਉੱਠਾਂ ਤੇ ਅਲੀ ਜ਼ੈਨੁਲ ਆਬਦੀਨ ਫਰਮਾਇਆ, ਮੇਰੀ ਅੰਮਾ ਦੀ ਤਹੱਜਦ ਵੀ ਕਜ਼ਾ, ਸਾਡੇ ਵਾਸਤੇ ਫਿਰ ਵੀ ਸ਼ਰੀਅਤ। ਸ਼ਰੀਅਤ ਦੀ ਨਿਮਾਜ਼ ਪੜ੍ਹਨ ਵਾਸਤੇ ਔਰਤ ਦੇ ਹੁਕਮੇ, ਘਰ ਦੇ ਪਿਛਲੇ ਕਮਰੇ 'ਚ ਤੇਰੀ ਉਹ ਜਾਮਿਆ ਮਸਜਿਦ, ਗੈਰ ਮਹਰਮ ਨਾ ਵੇਖੇ, ਸ਼ਰੀਅਤ ਦੀ ਪੜ੍ਹਨ ਲੱਗੀ ਹੈ ਨਾ ਤੇ ਸਰ ਦਾ ਵਾਲ ਵੀ ਨੰਗਾ ਹੋਇਆ ਤੇ ਕਬੂਲ ਨਹੀਂ ਹੋਈ। ਬਾਬਾ ਜੀ ਕਿਤਨੀ ਦੁਆ ਹੈ ਜੁਮਲੇ ਦੇ ਬਾਅਦ, ਸ਼ਰੀਅਤ ਵਾਲੀ ਆਦੀ ਹੈ, ਗੈਰ ਮਹਰਮ ਪਿਆ ਵੇਦ ਹੈ ਤੇ ਔਰਤ ਨਾ ਪੜ੍ਹੇ, ਨਹੀਂ ਹੋਏਗੀ, ਵਾਲ ਖੁੱਲੇ ਨੇ ਕਦੀ ਨਾ ਪੜ੍ਹੇ, ਤੇ ਜਦੋਂ ਇਸ਼ਕ ਵਾਲਾ ਦਾ ਵਕਤ ਹੋ ਜਾਏ ਫਿਰ 9 ਲੱਖ ਬਦਮਾਸ਼ ਪਿਆ ਵੇਦ, ਫਿਰ ਬਿਲ ਪਲਾਂ ਉੱਠੋਣ, ਫਿਰ ਅਲੀ ਦੀਆਂ ਧੀਆਂ ਦੀ ਇੱਕ ਵੀ ਕਲਾਂ। ਤਿੰਨ ਸਮਝ ਨਹੀਂ ਆ ਰਹੀ, ਸ਼ਰੀਅਤ ਵਾਲੇ ਕੌਣ ਨੇ ਤੇ ਇਸ਼ਕ ਵਾਲੇ ਕੌਣ ਨੇ? ਮੈਂ ਸਦਕੇ ਹੋਵਾਂ ਜੀ, ਹੋਰ ਜਹਾਨ ਸ਼ਰੀਅਤ ਵਾਲਾ, ਇਸ਼ਕ ਵਾਲੇ ਸਿਰਫ ਦੋ ਨੇ, ਜਾਂ ਮਿਨਾਲ ਹੈ ਜਾਂ ਕਰਬਲਾ। ਮਿਨਾ ਇਬਤਦਾ ਹੈ, ਕਰਬਲਾ ਇਬਤਦਾ। ਇੱਥੇ ਕੱਲ ਸ਼ੁਰੂ ਕਰਾਂ ਵਿੱਚ ਕਾਫੀ ਵਕਤ ਹੋ ਗਿਆ, ਮੈਂ ਇੱਕ ਬਹੁਤ ਥੋੜ੍ਹਾ ਬਿਆਨ ਕਰਾਂ ਜੀ। ਅੱਜ 8 ਮੁਹਰਮ ਹੈ, ਉਹਦਾ ਬਿਆਨ ਕਰੀਏ ਜਿਹਦੇ ਸਹਾਰੇ ਤੇ ਨਾ ਟੁਰਨ ਵਾਲੀਆਂ ਵਸਦਿਆਂ ਘਰਾਂ ਨੂੰ। ਜਿਸਦੇ ਅਲਮ ਦੇ ਸਾਏ ਤਲੇ ਆਪਣੇ ਘਰਾਂ ਦੇ ਹਵਾਲੇ ਕਰਕੇ ਦੀਆਂ ਵੈਣਾਂ ਨਾਲ ਲੈ ਕੇ ਆ ਗਏ ਹੋ, ਉਸ ਵਫਾ ਦੇ ਖਾਲਕ ਸਰਕਾਰ ਵਫਾ ਦੇ ਜਿਹਦੇ ਆਸਰੇ ਤੇ ਨਾ ਟੁਰਨ ਵਾਲੀਆਂ ਟੁਰ ਪਈਆਂ। ਕੌਣ ਹੈ ਅੱਬਾਸ? ਸੈਯਦਾ ਤੈਯਬਾ ਤਾਹਿਰਾ ਬਿੰਤ ਮੁਸਤਫਾ ਦੇ ਤਹੱਜਦ ਦੀਆਂ ਦੁਆਵਾਂ ਦੇ ਅਸਰ ਦਾ ਨਾਮ।
हसन हुसैन जे पुत्रां दे होंदे आ, जेड़ी मां एक होर पुत्र दी ख्वाहिश करे ना, उस हस्ती दा नाम अब्बास। मैं सदके अली दी दुनिया दी आस दा नाम अब्बास, मासूमां दी प्यास दा नाम। किबला कुमी साहब दा जुमला है, मालक सेहत नाल जिंदगी दराज फरमाने पढ़दे आं, मजलूमे करबला दी मुख्तसर ते तस्सी फौज दे मजबूर ते पाबंद सिपा सालार दा नाम। मैं सदके आवां, मैं सदके आवां, मजमून दा ते वक्त ही नहीं दिया। एक मिनट का 28 रजब नूं घरां दे जंदरे लगे, ये फिर कारवाने तो ही तुर पिया। बकाए दीन दी खातर जिहड़ा खरूज मजलूमे करबला दे मदीनियों, तहफ्फुज़ शरीयत मुस्तफा, हिफाजत दीन खुदा। रस्ते टुरदे टुरदे ना जनाबे मजलूमे करबला पुज्जन मदीन जाइयां, पहला लंबा सफर है जिथे थको दसना है। फिर मैंने भाई कोई थकावट नहीं, तुसी नाल होना। फिर दूसरी तीसरी बार जिले पुछे ना, तो फिर मैं हुसैन जिले समझो ना मैं थक पई हाँ, मेरे अल ना आया करो, अब्बास ना आखा करो घोड़ा लैके मेरे महमल ले। मैं उन्हें वेख ली मेरी थकावट मुक। चलो मैं होर करीब तो जुमला आके तो मैं शुरू करा। 28 रजब दी दीगर लिखते हैं, कुछ अदरात लिखते हैं, जिसलिए आखिरी विदा करके नबी की कबर ते सलाम करके तो काफिला तैयार हुआ है। तकरीबन रात हो चुकी है जी, इस वास्ते कि डिगरी तुरनाई संभलते संभलते अली दियां दियां शामां तुरियां जे कदी ना आंदी, इन्हां कदी सफर ना कीते, उन्हां नूं यकदम तुरना पै जे ते देर लग जाए। रोज़ा रसूल तक बाकी जड़ियाँ मस्तूरात बच गई मदीने रहने वाली वह भी जनाब सोरा भी रोज़ा रसूल तक नाल है। मैं पहले दिन पढ़िया जी उम्मत बनीन सैन पाक भी इतों तक नाल आए, इतने जिसल करवाने तो ही मामले बैठन लग पे, तो फरमाया अब्बास सैन पाक उम्मत बनीन बुलाया। जी अम्मा, फरमाया बेटा एक मिनट मेरी गल सुन, वफा दी इंतहा की बुलाया माँ है तो अब्बास आ जाते ना माल, मैं कसम अल्लाह पाक दी धोखा लिया, माँ का हुक्म सुन के राजी माल नहीं आए। उस घोड़े के सामने खड़ोते ने जिदी जीन ते पुत्र बतूल लाई, हाथ बन कह दे मालक इजाजत होवे ते माँ की गल सुन, तेरी वफा तो सदके, तेरी वफा तो सदके। और मैं जाओ जाओ सुन, फिर दौड़ के माँ के सामने, अम्मा जान हुक्म करो क्यों बुलाया, अम्मा थोड़ा जी जल्दी कर लो, पुत्र दे मोड़े ते अतरा कहती की जल्दी आ, तुर जाने ही ना। फिर मैं अम्मा मैंने ते कोई जल्दी ते क्यों ने बार बार, अम्मा वो कदी इतनियां खलोतियां नहीं जिहड़ियां साडी, अम्मा साडी वजह तो बतूल दियां धियां ना थक पाउण। मां पुत्र दा हथ पकड़ के ना कबरे मोहम्मद ते लाई, फरमाया अब्बास की दी कबर है, अम्मा नबियां दे सुल्तान दी, मैं कौन, अम्मा तुसीं मेरी जीशान माओ। फरमा लै अब्बास एक हथ रख मुहम्मद की कबर ते, एक हथ रख मेरे सर ते, ये दो मुकद्दस मकामात कसम दे काबल ने, नबी की कबर भी कसम है, पुत्र वास्ते मां दा सर भी कसम है, हथ तां चाणे नहीं अब्बास मिन कसम दे जब तक तू जिंदा है जैनब दा गुर्दा सलाम। शेर प्यो दी शेर पुत्र दी लाल निकल गई, फरमाया फिर इंज नहीं, बादशाह नूं भी बुलाओ, मुर्शद हुसैन भी, ऐसे मुहम्मद की कबर ते हाथ रखवा के मैंने कसम लै दियो जदन ज़ैनब दे बुरके ते बने नौकर ते पाबंदी ना लाए। मैं दुआ कर तेरे शाबाज दे पर खुले हो, कायनात दे कुत्ते कट्ठे हो जाए किसी की जरूरत है। अम्मा मैंने ते मारना ही बहन बिरादियां पाबंदियां, अम्मा मेरे वजूद इच मेरा बाबा है, मैं शेरे खुदा दा मजर आमा, अम्मा मेरी कायनात ते तक नहीं पौंदी अगर मैं पाबंद हाँ ते ना बहन मेरा। पर मैं बात सोची भी ना, मैं बतूल दी औलाद नूं बुला के कसमा मैं कौन हाँ, वो सैयदा तैयबा दी औलाद, मैं कनीज ना, ना ना मेरा जोर भी तेरे ते ही, मेरा मान भी तेरे, मां सदके मेरा औखा इम्तिहान है, मैं नाल नहीं होना, मैं मिनट मिनट औखा गुजार नहीं। अब्बास मैं इस वास्ते तेरे बुलाया, सत बारी मैं अली दी आलिया धी कोल गई हूं, तो मैं पूछे बादशाह जादी सफर लंबे ने के बनेगा, तुसी मां दी कबर ते रोज कदी नहीं गए, ऐ
میں اس محمد دی قسم ہی من ستے واری ایک ہی جواب دے کیا دیئے اماں کی ہویا سفر لمبا ہے غازی نال نہیں قطار بھیراواں دیو بہنا نال علی دی دنیا دا مان وی دے لے تے کریماتم کریماتم شہنشاہ وفا دا دے جڑ پے میں صدقے میں صدقے میں صدقے انہاں دا مان وی کیوں ہے انہاں دا آسرا وی کیوں ہے تیرے آسرے تے نو بھرا بہنا نال ساری تک راضی تیرے تے میری لاج رکھی آ گئی میرا مان رکھی اما خیر رکھی ماں دیا دعوا لے کے عباس لے فرمایا ایک منٹ میرا پتر ہو رہی گل سن لے اج دے بعد گھر نہیں ہوئے گا خیمے آؤں گے نوکر بن کے رہنا عباس محسوس کرانا ہی او اولاد بطولے تو قلیل دی اولاد جتھے خیمہ لگ جائے سیدہ دے خیمے دے اندر قدم نہیں رکھنا بیٹا جتھے بطول دیاں دیاں دے پیران دے نشان لگ دے نا اس جگہ دا بھی پردہ ہو جانا انہاں نشان نہ ہوتے بھی پیران دے سینہ پاکال این سر چاہ کے گل نہیں کرنا نگاہ قدمہ دے کوئی شے منگنی ہوئے تے صرف انما یرید اللہ دی آیت پڑھنی بیٹا میں نہ دبوئے تے عرشی فرشی منگ دے بیکھے عباس میں فرشتے روپ بدل بدل کے بھکاری بن دیتے بیکھے صرف انما یرید اللہ دی آیت اگو سارا جان دیا نے کون آیا تے کی کرنا اما ٹھیک بھئی موگے میری مجلس ایک ویر چڑ پہ ادا حمیدہ دیں انشاءاللہ تا دینا چڑھا شہدائے کربلا کیوں میں کل بھی گزارش کی تھی اختلاف ہے یہاں شہزادہ میر قاسم یا سرکار وفا سب تو زیادہ موت ہے نامی وار مظلوم کربلا دے قدمہ تے ہاتھ رکھ دین لڑنا نہیں تے مرن دی اجازت دے مظلوم کربلا فرمائیں دین تن پتہ نہیں تو میری فوج دا جرنیل دا نکل گئی تے فرمایا صدیقہ ماں دا پتر اٹھنا فوج دس نہ جڑا جرنیل میں کیڑا جرنیل مولا میرے کو بچیاں دی حالت نہیں میں ہوں خیمے گیا 84 بچے جنہوں کے منہ کھل گئے نے پیاس تو بند نہیں دے جنہوں کے بند نہیں تو مالی اس سے تین والے جملہ لکھے مولا لڑنا نہیں تے مرن دی اجازت دے پھر آدھے گل میں پا کے آدھے نے بس تیرا نہیں دل جڑے چند گھنٹے ہیں میں قد سیدھا کر کے تو تیرے بعد میں بڑھڑا ہو جاؤں عباس میں تیرے بعد دنیا کا حاصہ بن جاؤں گا میں بادشاہ ہوں میرا کیڑا زور ہے پر میں نے عباس کی گل میری غور نال سن تو نامی واری میرے کول پہ آؤں گا موت دی اجازت تیری نہیں اجازت میرے کول قدمہ تے ہاتھ لا کے ہور تو لے کے ہن تک جیڑا ٹوریا تسی نہیں ٹوریا فرما میں ہی ٹوریا بندہ شیعہ ہویا ہائے نہیں کرے گا دل دکھے گا ہور تو لے کے ہن تک فرما میں ہی ٹوریا تے میں کی نہ ٹور میں اشارہ کر کے دل تین انہاں ٹور میں جنہاں تین ٹورنا سکھایا او جنہاں تیری انگلیاں پکڑ کے ماں دے ویلے کدی سجے ٹور کیا بات ہے تیرے ماحول دی کیا بات ہے پیر اکمل شاہ دی زندگی ہوئے شاہ اولاد پتر دی زندگی ہوئے اس تو زیادہ مالک چپ کھاری سے او میں صدقے بتا جا علی دیاں دیاں تو میں تے میرا ٹھیک ہے مولا جی میری اجازت ہے چاہو میرے نال کرو کیوں تے فرمایا انہوں نال بولنا کسے انہوں نے خیمے کس جانا فرمائے تو میں تے نوکر ہاں نوکر تے دروازہ تو باہر آ گل پائیں پا کے انج رونے میں تے رو رو کے دے موئیاں نو انج نہ مار او انج مک گئی او تو ڈانا ہے تو نہ مر جانا جا جا تیرے نال میرے تو چوکھا پیار کر دیا نے انہاں دی ماں دی دعا دل گیا ٹر دے جناب عباس سیدہ دے خیمے دے ماں دے سارے سبق یاد رہے اندر بھی نہیں جانا نگاہ زمین تے رکھنیاں نے سوالی بن کے انما یرید اللہ دی آیت پڑھنی ہے عباس آیت پڑھیے مسلے تو مجسمے تہارا تڑپ کے اوپر اما فضا میں بھولن والی دی دھیر اے لے جا میرے حاضر ایک واری اٹھائے نہ من خیمے دے پردے دے قریب لے جا فضا دے موڑے تے ہتھ رکھ کے مسلے تو اٹھی پردہ عصمت دے اندروں آلیا بارو جناب عباس دو چار گلاں سنو تے ترے چار منٹ تے میں کلین کراں اتنے ٹائم رہ گئے عباس ہیں جی علی پاک میں بسم اللہ میرا مان بھرا اندر آنا پر میں حد مک گئی ہے کی حد تیری جی نوکراں دی حد دروازہ ہوندا
तू नौकर है मैं कौन हूं जी तुसी शाहजादी आलमीन हो तुसी तस्बीह के मलाइका हो तुसी आलिम हो गैर मुअल्लिम हो पर मैं बस मैं शाहजादी हूं जी तू कौन है जी मैं नौकर हूं फरमाया मेरे पियो का पुत्र होके इको गल का मैं जवाब दे अब्बास जानना है मैं इसमत की गोदी च पली हूं अब्बास मेरा पियो तू पर्दा है अब्बास मेरा नबी है तू पर्दा अब्बास सारी जिंदगी ज़ैनब एना हत्था ते दो ही चीजा वजनी चाहिए ने या कुरान चाहिए या चार साल में तुम चाहिए अब्बास कर फैसला कभी शहजादियां भी नौकर नहीं चाहनी है तेरी जिंदगी जावे तेरी जिंदगी जावे और ये भी नहीं कर क्या बात है तेरे माहौल की यार क्या बात है अब्बास मैं बतूल दे दी होके औखी बन गई है तेरे हुक्म याद ने अपने दौर की बतूल हुक्म अंदर हूं के करा शियां ते तेरा हक सीने ते होवे अजे दूजा हकल पे मार दई सजे मोड़े नाल आवाज आई है मदीनियों क्यों पूछने तेरी मां ते मैं बतूल हां चोले मैं तेरे सी ते आ तहज्जुद दियां दुआ च मैं मंगदी क्या बात है क्या बात क्या बात ओ नी दी उन्ने कर जीवे मेरी ज़ैनब बाकी अब्बास आज तू इदी नहीं मननी ते तेरे बात इदी मननी किसे ने तू ते मानना ही जिसम च लड़ जाए अखां बंद ने चेहरा जमीन आले जुबान ते कुरान ने इन्ना ना युरी देंदा झुके बिरा ते पई बहन देगा अब्बास दी दाड़ी तले इसमत आले हथ रखे कबलत बहना ऐ मैं है एथो बिरा दा मत्था चुमे निशानी चमकिया दी परदेस आके बहना दे सामने सिर नीवे नहीं करे सरूचा करो तेरे मां ते मैं ना जंगला चाहिया मेरे मां बिरा अब्बास सर सीधा कीता है लेकिन कोई मक्तल आले नहीं लिखा अब्बास अख पी रख मैं शाही को अखा बंदे मेरी सेना दी किवें आए धी अली दी नौकर जदन में आए मालिका को मंगन आए मामूल दे तहत अज फिर नौकर मंगन आ गया अपनी मां दे खाली वलन दा वास्ते अज मिल खाली ना दे मंगो मेरा मान मेरा के देवां धी अली दी मैं मौत दी इजाजत दे मैं जल्दी खड़े तो मुतमिन होके सुन अल्लामा मजल से लिख दे ने लफ्ज मौत अब्बास दे मुंह च लिख दे निशानियां ज़ैनब दे चेहरे ते छा सजे कबे वे कह दी अम्मा फिजा सारे काम छड़ आज तक मैं हर मसूर नु आके कोई तेज ना करे ऊंचा ना बोले अम्मा जितना तेज टुर सकदी है टुर चौपासे मजदूर दरमियान बहन ते बिराई मेरी सहन बिरा दे मुंडे ते हाथ रखा दी ले हुण मंग के मंगे अब्बा दी आवाज आई दी अली दी मैं मौत दी इजाजत मिन्नत दी कसम अब्बास मेरे दिल दिया दिल च रह गईयां ने मैं की सोचिया अज तेरा आखरी वेला आ गया सारियां छोड़ एक मेरी हसरत पूरी कर हुक्म करो अली दी धी फरमाया ओ मैदान तू जानी मैदान जाने मैं जाना शाम जाने अब्बास मैं आलिमा गैरे मौला
ਜ਼ਾਲਮਾਂ ਮਾਂ ਦੀ ਧੀਆਂ ਇਹਨਾਂ ਕੁੱਤਿਆਂ ਘੋੜਿਆਂ ਦੇ ਬਾਣੇ ਮਿਲ ਮਿਲ ਪਲਾਂ ਉੱਠਾਂ ਦੇ ਬਾਣੇ ਇੱਕ ਵਾਰੀ ਆਪਣਾ ਘੋੜਾ ਕਨਾਹ ਦੇ ਅੰਦਰ ਮਲਾ ਮੇਰੇ ਸਾਹਮਣੇ ਘੋੜੇ ਤੇ ਚੜ ਮੈਂ ਸ਼ਾਮ ਦੀਆਂ ਗਲੀਆਂ ਫਖਰ ਕਰਦੀ ਰਹਿ ਸਾਂ ਮੈਂ ਰਾਜੀ ਸ਼ਾਹ ਸਵਾਰ ਦੀ ਭੈਣਾ ਅੱਬਾਸ ਇੱਕ ਵਾਰੀ ਘੋੜਾ ਅੰਦਰ ਮਲਾ ਢੋਕ ਛਾਣੀਆਂ ਲਿਆ ਰਾਜੀ ਦਾ ਅਸ਼ਲ ਘੋੜਾ ਅੰਦਰ ਆਇਆ 120 ਮਜ਼ਦੂਰਾਂ ਪਈ ਵੇਦੀਆਂ ਰਾਜੀ ਘੋੜੇ ਤੇ ਕਿਵੇਂ ਚੜਦਾ ਹੈ ਖੱਬਾ ਹੱਥ ਗਾਜ਼ੀ ਨੇ ਅਸ਼ਲ ਦੀ ਗਰਦਨ ਤੇ ਰੱਖਿਆ ਖੱਬਾ ਪੈਰ ਰਕਾਬ ਵਿੱਚ ਪਾਇਆ ਬਾਬਾ ਜੀ ਸੱਜਾ ਹੱਥ ਅਸੀਂ ਪੋਚ ਤੇ ਰੱਖਿਆ ਗਾਜ਼ੀ ਇਰਾਦਾ ਕੀਤਾ ਮੈਂ ਚੜਾਵਾਂ ਇੱਥੇ ਹੀ ਰੁਕੇ ਪਤਾ ਨਹੀਂ ਕਿ ਖਿਆਲ ਆਇਆ ਨੇ ਨਜ਼ਰ ਯਮੀਨਨ ਵਾ ਸ਼ਿਮਾਲ ਅੱਬਾ ਤਰੇ ਵਾਰੀ ਖੈਮੇ ਸੱਜੇ ਵੇਖੇ ਤਰੇ ਵਾਰੀ ਖਬੇ ਆਲੀਆ ਦੀ ਆਵਾਜ਼ ਆਈ ਚੜਨਾ ਗਾਜ਼ੀ ਘੋੜੇ ਤੇ ਮੈਂ ਵੇਖਾ ਤੁਸੀਂ ਕਿਵੇਂ ਚੜਦੇ ਹੋ ਪਹਿਲੀ ਵਾਰੀ ਢਾਹ ਨਿਕਲ ਗਈ ਹੈ ਰੋ ਕਦੀ ਦੁਆ ਕਰੋ ਅੱਜ ਨੌਕਰ ਗਰੀਬ ਹੋ ਗਿਆ ਨੇ ਕਿਹੜੀ ਗੁਰਬਤ ਯਾਦ ਆ ਗਈਆ ਫਰਮਾਇਆ ਆਲੀਆ ਕੇ ਜਦਨ ਮੈਂ ਘੋੜੇ ਦੇ ਨੇੜੇ ਚੜਦਾ ਆਈ ਆ ਮੇਰੇ ਸ਼ਗਿਰ ਕਸਮ ਕੋਈ ਨਹੀਂ ਉਹਦੀ ਬੰਦਰੀ ਜੋ ਮੌਜੂਦ ਇਸ਼ਾਰਾ ਕਰਕੇ ਦੇ ਨਹੀਂ ਮੁਰਸ਼ਦ ਜੀ ਨੌਕਰ ਮਰਦ ਪਹਿਲੇ ਮਰ ਰਹੇ ਸੀ ਜੀ ਟੇਕ ਲੈ ਕਲੀ ਦਾ ਸ਼ੇਰ ਪੁੱਤਰ ਘੋੜੇ ਦੀ ਦੀਨ ਦੀ ਜੀਨਤ ਬਣਿਆ ਬੀਬੀ ਫਰਮੈਂਦੀ ਨੇ ਇੱਕ ਵਾਰੀ ਮੇਰੇ ਖੈਮੇ ਘੋੜਾ ਟੋਰ ਮੈਂ ਵੇਖਾਂ ਬਾਬਾ ਅਲੀ ਘੋੜੇ ਤੇ ਕਿਵੇਂ ਸਜਦਾ ਆਈ ਗਾਜ਼ੀ ਦੇ ਘੋੜੇ ਪੀਰ ਅਕਮਲ ਸ਼ਾਹ ਜੀ ਪਹਿਲਾ ਚੱਕਰ ਲਾਇਆ ਬੀਬੀਆਂ ਮਾਤਮ ਕੀਤੇ ਦੂਆ ਚੱਕਰ ਲਾਇਆ ਬੀਬੀਆਂ ਮਾਤਮ ਕੀਤੇ ਉਹ ਜਿਹੜੇ ਮਿੱਟੀਆਂ ਤੇ ਬਹਿ ਕੇ ਕੜੀਅਲ ਜਵਾਨ ਮਾਤਮੀ ਫਿਰਾਉਂਦੇ ਹੋ ਠੋਕਾ ਲਿਆ ਤ੍ਰੀਆ ਚੱਕਰ ਗਾਜ਼ੀ ਦਾ ਘੋੜਾ ਪਹਿਲੇ ਲਈ 4 ਸਾਲਾਂ ਦੀ ਸਕੀ ਨਾ ਅੱਜ ਪਈ ਹੈ ਚਾਦਰ ਲੱਥੀ ਹੋਈ ਹੈ ਨਿੱਕੇ ਨਿੱਕੇ ਹੱਥ ਬਨ ਜਾਂਦੀ ਆ ਲਹਿਆ ਜਾਂ ਮੈਦਾਨ ਤੁਰ ਜਾ ਕਿਉਂ ਮਾਸੂਮਾ ਫਰਮਾਇਆ ਚਾਚਾ ਤੂੰ ਘੋੜਾ ਟੋਰ ਮੈਂ ਮੇਰਾ ਪਿਓ ਤਰੇ ਵਾਰੀ ਉੱਠਿਆ ਹੈ ਤਰੇ ਵਾਰੀ ਮੂੰਹ ਦੇ ਬਾਹਰ ਚੜਿਆ ਹੈ ਕਮਰ ਤੇ ਹੱਥ ਰੱਖ ਕੇ ਪਿਆਦਾ ਹੈ ਅਲ ਆਨਾ ਇਨ ਕਾ ਸਾਰਾ ਲਹਰੀ ਹੋ ਮੇਰਾ ਅੱਲਾ ਹੁਣ ਮੈਂ ਬੁੱਢਣਾ ਹੋ ਮੈਂ ਸਦਕੇ ਅੱਲਾ ਦੇ ਹਵਾਲੇ ਅੱਬਾਸ ਕੋਲ ਜਾ ਮੇਰੀ ਨਿਭਵੇਸ ਖੈਮਾ ਹੀ ਇਹ ਵੀ ਇਮਾਮ ਦਾ ਘਰ ਹੈ ਨਿਸਬਤ ਦਿੱਤੀ ਜਾ ਸਕਦੀ ਆਖਰੀ ਮਿੰਟ ਦਾ ਵੈਣ ਮੈਂ ਭਾਈ ਨਵੇਂ ਮਰਦੇ ਹਾਂ ਇਹ ਇਮਾਮ ਦਾ ਵੇੜਾ ਹੈ ਇੰਜ ਖੈਮੇ ਹਾਂ ਇੱਥੇ ਅਲੀ ਦੀਆਂ ਧੀਆਂ ਫਰਮਾ ਜਾ ਅਮਾਨ ਸਾਡੀ ਹਵਾਲੇ ਰੱਬ ਦੇ ਉੱਥੋਂ ਗਾਜ਼ੀ ਤੁਰੇ ਉੱਥੋਂ ਤੈ ਗਿਆ ਬਹਿਣਾ ਵੈਂਦੇ ਫਿਰ ਆਦੀ ਕੰਢ ਵੇਖੀ ਪਰਦੇ ਚ ਬੈਠੀਆਂ ਤੁਹਾਡੇ ਬੰਦੇ ਦਾ ਵੈਣ ਕਰਨ ਲੱਗਾ ਅੱਜ ਭੈਣ ਦਾ ਫਿਰਾ ਪੀਰ ਅਕਮਲ ਸ਼ਾਹ ਜੀ ਪਰਦੇਸ ਪਿਆ ਜਾਂਦਾ ਹੋਵੇ ਬਹਿਣ ਸ਼ੀ ਆਵੇ ਫਿਰਾ ਦਾ ਹੱਥ ਪਕੜ ਕੇ ਗਾਜ਼ੀ ਦੇ ਅਲਮ ਥੱਲੇ ਲੈਂਦੀ ਹੈ ਫਿਰਾ ਨੂੰ ਇਮਾਮੇ ਸਾਹਮਣ ਬਣਨੀ ਹੈ ਆਪਣੀ ਗੱਲ ਚਾਦਰ ਪਾ ਕੇ ਗਾਜ਼ੀ ਦੇ ਅਲਮ ਥੱਲੇ ਹੱਥ ਬਨ ਗਾਜ਼ੀ ਲੈ ਮੇਰਾ ਮੌਲਾ ਹੁਣ ਤੇਰੇ ਹਵਾਲੇ ਮਿੰਬਰ ਦੀ ਕਸਮ ਉਡੋ ਕਾਲੇ ਅੱਜ ਦੇ ਹਵਾਲੇ ਭੈਣਾ ਫਿਰਾ ਕਰਦੀਆਂ ਨਾ ਜਾਲੀਆ ਦੀ ਨਿਗਾਹ ਪਈਏ ਉਹ ਅੱਬਾਸ ਮੈਦਾਨ ਪਿਆ ਵੇਂਦਾ ਈ ਹਰ ਭੈਣ ਨੂੰ ਪੱਕ ਹੁੰਦਾ ਏ ਮੇਰਾ ਵਤਨ ਤੇ ਵਾਪਿਸ ਆਵੇ ਸੀ ਇਹ ਜਿਹੜਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ।